ਤੇ ਜੁੱਤੀਆਂ ਖਾ ਨਹੀਂ ਸਕਦੇ ਹੁਣ ਹੈ ਕਿਦਾਂ ਦਾ ਮੈਨੂੰ ਹੀ ਨਹੀਂ ਪਤਾ ਲੱਗਣਾ ਹੁਣ ਆਪਾਂ ਗਏ ਆ ਜੀ ਸ਼ੀਸ ਮਹਿਲ ਉਹ ਨਾਖਾਂਗੇ ਅੰਬ ਦੇਖੋ ਕਿੱਡੀਆਂ ਸੋਹਣੀਆਂ ਸੋਹਣੀਆਂ ਆਪਾਂ ਪਹੁੰਚ ਗਏ ਜੀ ਪਟਿਆਲਾ ਜੂ ਜਾਂ ਵਾਈਲਡ ਲਾਈਫ ਸੈਂਚਰੀ ਦਮ ਆਲੂ ਖਾ ਕੇ ਤੇ ਫੇਰ ਹੀ ਅਸੀਂ ਆਪਣਾ ਦਮ ਅੰਦਰ ਲਾਉਣ ਲੱਗੇ ਆ ਦੇਖੋ ਜੀ ਵਾਈਲਡ ਲਾਈਫ ਸੈਂਚਰੀ ਚ ਆਪਾਂ ਪਹੁੰਚ ਚੁੱਕੇ ਆ ਉਹ ਟਾਂਗਾ ਬੜਾ ਵਧੀਆ ਵਾ ਸਤਿ ਸ਼੍ਰੀ ਅਕਾਲ ਦੋਸਤੋ ਵੀਡੀਓ ਦੀ ਸ਼ੁਰੂਆਤ ਕਰਨ ਲੱਗੇ ਆ ਅੱਜ ਸਾਰੇ ਇਕੱਠੇ ਹੀ ਜਲੰਧਰ ਲਗਭਗ ਅਸੀਂ ਪਹੁੰਚ ਚੱਲੇ ਹਾਂ 20 ਕਿਲੋਮੀਟਰ ਰਹਿ ਗਿਆ ਮੇਰੇ ਹਿਸਾਬ ਨਾਲ ਬਿਲਕੁਲ ਅਤੇ ਬਿਲਕੁਲ ਹਾਈਵੇ 'ਤੇ ਅਸੀਂ ਖੜ੍ਹੇ ਹਾਂ ਇਸ ਵੇਲੇ ਗੱਡੀ ਹੁਣ ਬ੍ਰੇਕ ਵੱਜ ਚੁੱਕੀ ਆ ਹਵੇਲੀ ਜਲੰਧਰ ਅਤੇ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਜਿੱਤ ਲੜਦੇ ਲੋਕਾਂ ਵਾਲੇ ਬੰਦੇ ਸਾਰੇ ਨਾਲ ਇਕੱਠੇ ਕੀਤੇ ਆ ਅਤੇ ਬੜੀ ਵਧੀਆ ਲੋਕੇਸ਼ਨ ਆ ਹਾਂ ਬੂਟੀ ਬੜੀ ਵਧੀਆ ਟਾਂਗਾ ਬੜਾ ਵਧੀਆ ਵਾ Der Schmerz war schön Und wenn ich dich nie lieb ਯੂਨੀਵਰਸਲ ਸੱਚਾਈ ਆ ਜਿਹਨਾਂ ਨੇ ਦੇਖ ਲਓ ਹਵੇਲੀ ਵਾਲੇ ਇੱਦਾਂ ਲਵੇ ਇੱਦਾਂ ਦੀ ਲਾਉਣੀ ਆ ਪਾਸ ਜਿਸ ਨੂੰ ਵਧੀਆ ਕੀਤੀ ਹੋਵੇ ਕਿੱਧਰ ਕਿੱਧਰ ਰਹਿੰਦੇ ਠੀਕ ਆ ਦੋ ਚਾਹ ਦੋ ਕਾਫੀ ਨਾਲ ਹੀ ਲਿਆਓ ਸਾਰਾ ਕੁਝ ਕੋਈ ਗੱਲ ਨਹੀਂ ਆਪਾਂ ਹੁਣ ਜੀ ਜਾ ਰਹੇ ਹਾਂ ਵੀਰ ਮੋਤੀ ਬਾਗ ਵਾਈਲਡ ਲਾਈਫ ਸੈਂਚਰੀ ਅਤੇ ਉੱਥੇ ਜ਼ੋਰ ਲਾ ਲਿਆ ਪੂਰਾ ਆਪਾਂ ਹਾਂ ਉਹ ਵੱਖਰੀ ਵੀਡੀਓ ਵੱਖਰੀ ਕਰਤੀ ਆ ਕਿਉਂਕਿ ਸਾਡਾ ਜਿਹੜਾ ਬਹੁਤਾ ਟਾਈਮ ਆ ਉੱਥੇ ਲੱਗ ਗਿਆ ਵਾ ਹੁਣ ਸਾਡੇ ਕੋਲ ਇੱਥੇ ਟਾਈਮ ਬਹੁਤ ਥੋੜ੍ਹਾ ਵਾ ਅਸੀਂ ਥੋੜ੍ਹੇ ਜਿਹੇ ਟਾਈਮ ਸ਼ੋਰਟ ਟਾਈਮ ਵਿੱਚ ਇੱਕ ਵੀਡੀਓ ਜ਼ਰੀਏ ਤਿਆਰ ਕਰਾਂਗੇ ਮੈਂ ਤੁਹਾਨੂੰ ਜਾ ਕੇ ਉੱਥੇ ਮਿਲਣੇ ਆ ਵੀ ਆਪਾਂ ਕਿੱਥੇ ਪਹੁੰਚਣੇ ਹਾਂ ਬਾਂਡੇ ਵਾਲੇ ਸੋਡੇ ਦੀ ਜਿਹੜੀ ਤਲਕ ਆ ਨਾ ਉਹ ਬਹੁਤ ਜ਼ਿਆਦਾ ਪੈਦਾ ਹੋ ਚੁੱਕੀ ਹੈ ਦੇਖੋ ਜੀ ਵਾਈਲਡ ਲਾਈਫ ਸੈਂਚਰੀ ਚ ਆਪਾਂ ਪਹੁੰਚ ਚੁੱਕੇ ਹਾਂ ਤੇ ਹੁਣ ਆਪਾਂ ਅੰਦਰ ਜਾਵਾਂਗੇ ਜੀ 26 ਜਨਵਰੀ 15 ਅਗਸਤ 2 ਅਕਤੂਬਰ ਨੂੰ ਇਹ ਰਹਿੰਦਾ ਜੇ ਬੰਦ 9 ਤੋਂ 5 ਵਜੇ ਤੱਕ ਟਾਈਮ ਆ ਵੀਰ ਮੋਤੀ ਬਾਗ ਪਟਿਆਲਾ ਪਟਿਆਲਾ ਜੂ ਪਟਿਆਲਾ ਆਪ ਜੀ ਦਾ ਹਾਰਦਿਕ ਸਵਾਗਤ ਕਰਦਾ ਹੈ ਐਂਟਰੀ ਆ ਗਈ ਆ ਜੀ ਆਹੋ ਕੋਈ ਗੱਲ ਨਹੀਂ ਜਿਹੜੀ ਮਰਜ਼ੀ ਹੋਏ ਵਧੀਆ ਹੀ ਆ ਗੱਡੀ ਆਪਾਂ ਇੱਥੇ ਲਾ ਲਈ ਆ ਤਾਂ ਵੀ ਲਿਆਈ ਆ ਦੇਖੋ ਜੀ ਇੰਦਰਜੀਤ ਜੀ ਲੈ ਕੇ ਆਇਆ ਭਾ ਠੀਕ ਆ ਫੇਰੇ ਆ ਉਹ ਨਹੀਂ ਕਿੰਨੇ ਹੀ ਕਦਮ ਹੈ ਹਾਂ ਜੋ ਰੱਖਦੇ ਦੋ ਦਮ ਆਲੂ ਖਾ ਕੇ ਫੇਰ ਹੀ ਅਸੀਂ ਆਪਣਾ ਦਮ ਅੰਦਰ ਲਾਉਣ ਲੱਗੇ ਹਾਂ ਸਾਡਾ ਜਿਹੜਾ ਸੈਂਚਰੀ ਆ ਆਪਾਂ ਪਹੁੰਚ ਗਏ ਜੀ ਪਟਿਆਲਾ ਜੂ ਜਾਂ ਵਾਈਲਡ ਲਾਈਫ ਸੈਂਚਰੀ ਆਉਂਦਾ ਵਾ ਨੈੱਟ 'ਤੇ ਇਹ ਉਹਦੀ ਐਂਟਰੈਂਸ ਆ ਮੇਰੇ ਪਿੱਛੇ ਦੀ ਵੇਖੋ ਓਕੇ ਜੀ ਮਿਹਰਬਾਨੀ
आ गई छोटे छोटे पंछियों के पिंजरे साढ़े सामने बहुत सुंदर सुंदर पंछी आ गए है जी इन्हों मिनी मिनी रिहायशा वा आखो कि सोहना सिल्वर की जेंट भूरे तीतर ग्रे पार्टरीज क्रैंकोलिन भूरा तीतर सारा कुछ ओदा लिखा वा ओदी सारी जड़ी है ना लाइफ साइकल कह लो तुसीं रात होता लार्ज इंडियन पैराकीट साइंटिफिक नेम क्लास एज ऑफ ब्रीडिंग इनक्यूबेशन पीरियड एग लेज फीड इन नेचर फीड इन जू डाइट्रीब्यूटेशन लाइफ स्पैन अगे सू खाना होर वधिया वधिया पंछी ਕਿੱਡੀਆਂ ਸੋਹਣੀਆਂ ਸੋਹਣੀਆਂ ਸਾਰੇ ਚਿੜੀਆਂ ਹੀ ਮੈਂ ਕਹੂੰਗਾ ਉਹਦਾ ਬਜਰੀ ਗਰਿਆ ਬਹੁਤ ਹੀ ਸੋਹਣੀਆਂ बिल्कुल इन्हें कुदरती हैबिट दिता वा हर चीज़ नू पैदा किया वा लव बर्ड लिया लव बर्ड चित्रा लमटीग विसलिंग टील ते नक्टा डग ओ ए नो गोर हुंदा ई हुन रेने दे नो रखी होए एदियां लत्तां देखो किन्नियां लंबियां वा ते चुंज किन्नी लंबी आ हंस दे टाइप च है ओ सामने देखो मगरमच्छ लगदा जिहड़ा जाड़िया पर कहिंदे छड़दा नहीं जे तुसां पाणी च इहदा मुकाबला नहीं कोई ये मगरमच्छ जेडे गंदे लीडर होंगे उन्होंने लोग कह देंगे भी समुद्र च मगरमच्छ है ये वो चीज़ जे अखा भी घिड़िया वा बिलकुल शांत आ हमला नहीं करना जकदम तोतिया भी होनी है इधर भी इधर मोर है जी हाँ मोर दा वा आ लाल जंगली मुर्गा चलो चकोर ये घर चकोर दा नीला नीला मोर जी बहुत सोहना बहुत सोहना अगे आउंदे आ बारा शिंगे ते हिरन ठीक है जी जानवरां नूं खाना देना ते सताउणा मना है ना उन्हां नूं सताओ ना उन्हां नूं खवाओ क्योंकि इन्होंने अपने टाइम टेबल से ही उन्होंने खवाना वा तो सता वा डिटेल तुम वेख सकते जी वो हर एक डिटेल लिखी है स्क्रीनशॉट लैके तुम वेख सकते जी मैं इतों विखाव थोड़ा बहुत दिखा गया फोटो खिंच लीए बारा सिंह की Leben ist auf
ਧੂੜ ਸੀ ਸਮੈਲ ਹੀ ਨਾ ਕੋਈ ਸੋਹੀ ਜਾਂ ਸੀ ਸਮੈਲ ਜਾਂ ਮੋਤੀ ਮੈਂ ਦੋਵਾਂ 'ਚ ਕੋਈ ਵੇਖਿਆ ਹੀ ਉਹ ਦੋਵਾਂ 'ਚ ਕੋਈ ਸੀ ਉਹ ਇਹ ਸਾਨੂੰ ਯਾਦ ਨਹੀਂ ਆ ਵੀ ਕੀ ਸੀ ਉਹ ਮਹਿਲ ਜਿਹਾ ਬੰਦ ਸੀ ਕਹਿੰਦੇ ਵੀ ਕਰੋਨੇ ਕਰਕੇ ਬੰਦ ਕੀਤਾ ਵਾ ਅਤੇ ਖਾਣ ਪੀਣ ਦਾ ਪ੍ਰੋਗਰਾਮ ਵੀ ਬਾਹਰ ਆ ਸਾਨੂੰ ਘੱਟ ਹੀ ਮਿਲਿਆ ਸੀ ਥੋੜ੍ਹਾ ਜਿਹਾ ਮਿਲ ਗਿਆ ਸੀ ਜ਼ਿਆਦਾ ਕਹਿੰਦੇ ਬੰਦ ਕੀਤਾ ਵਾ ਸਹੀ ਕਹਿੰਦੇ ਸਹੀ ਹਾਂ ਜੀ ਸੇਫ ਸਹੀ ਕਹਿੰਦੇ ਸਹੀ ਹਿਮਾਲਿਆ ਤੋਂ ਕੰਨਿਆ ਕੁਮਾਰੀ ਖੁਰਾਕ ਜੀ ਕਾਲੇ ਛੋਲੇ ਸਬਜ਼ੀਆਂ ਜੜ੍ਹਾਂ ਵਾਲੀਆਂ ਖਾਂਦਾ ਵਾ ਅਤੇ ਉਹ ਆ ਕਾਲੇ ਰੰਗ ਦਾ ਬਿਲਕੁਲ ਸ਼ਾਂਤ ਉਹਦੇ ਵਿੱਚ ਆ ਤੁਹਾਨੂੰ ਹੁਣ ਦੱਸਦਾ ਵਾ ਜੇ ਤੁਹਾਨੂੰ ਦਿਖੇ ਤੇ ਕਾਲੇ ਰੰਗ ਦਾ ਵਾ ਚਿੱਟੇ ਚਿੱਟੇ ਉਹਨੂੰ ਕੰਢੇ ਜੇ ਲੱਗੇ ਆ ਕੋਈ ਮਾਝਾ ਜਿੱਦਾਂ ਕੱਟਾ ਨਾ ਕੱਟਾ ਨਿਕਾ ਜਿਹਾ ਉਦਾਂ ਦੇ ਦੂਰ ਹੀ ਆ ਜਿਹੜੀ ਜੂਠ ਖੱਬੇ ਬਣੇ ਬਿਠਾ ਲਈ ਹੈ ਨਾ ਇਹਨੂੰ ਤਾਂ ਡਰਦੇ ਕਿਉਂ ਛੱਡਦਾ ਰਹੀਏ ਹੋਏ ਅਸੀਂ ਜੀ ਪਟਿਆਲਾ ਜੂ ਆਹ ਕੁਛ ਹਦਾਇਤਾਂ ਜਿਹੜੀਆਂ ਲਿਖੀਆਂ ਵਾ ਬਾਂਟਾ ਨਹੀਂ ਜੇ ਲੱਭਾ ਇੱਥੇ ਵੀ ਬਾਂਟਾ ਤਾਂ ਹੁਣ ਕਿਤੇ ਰਾਹ 'ਚ ਵੇਖਾਂਗੇ ਇਹ ਅਸੀਂ ਪਟਿਆਲਾ ਜੂ ਦੀ ਵੀਡੀਓ ਕਰੋ ਕਰੋ ਰਿਕਮੈਂਡ ਨਹੀਂ ਕਰਦੇ ਹਾਂ ਜੇ ਤੁਸੀਂ ਕੋਈ ਹੋਰ ਚੀਜ਼ ਜਗ੍ਹਾ ਵੇਖਣ ਵਾਸਤੇ ਆਏ ਜੀ ਫਿਰ ਆਓ ਕੋਈ ਸਪੈਸ਼ਲ ਵੀ ਆ ਸਕਦੇ ਉਹ ਖਾਣ ਪੀਣ ਦਾ ਕੋਈ ਇੰਨਾ ਵਧੀਆ ਸਾਨੂੰ ਨਹੀਂ ਲੱਗਾ ਅਤੇ ਉਦਾਂ ਘੁੰਮਣ ਫਿਰਨ ਨੂੰ ਠੀਕ ਆ ਤੁਸੀਂ ਇੱਕ ਅੱਧੀ ਜਗ੍ਹਾ ਨਾਲ ਹੋਰ ਬਣਾ ਕੇ ਤਾਂ ਆ ਸਕਦੇ ਜੀ ਵਧੀਆ ਤਰੀਕੇ ਨਾਲ ਹੁਣ ਆਪਾਂ ਗਏ ਜੀ ਸ਼ੀਸ਼ ਮਹਿਲ ਪਰ ਇੱਥੇ ਵੀ ਲਿਖਿਆ ਵਾ ਵੀ ਮੁਰੰਮਤ ਕਾਰਨ ਬੰਦ ਹੈ ਕਲੋਜ ਅੱਗੇ ਵੇਖਦੇ ਹਾਂ ਕੀ ਬੰਦਾ ਬੱਤਾਂ ਪੀੜੀਏ ਪਹਿਲਾਂ ਆਪਾਂ ਫਿਰ ਅੱਗੇ ਵਾਂਗੂ ਮੁਰੰਮਤ ਕਰਕੇ ਬੰਦ ਹੈ ਉਦੋਂ ਵੀ ਮੁਰੰਮਤ ਕਰਕੇ ਬੰਦ ਸੀ ਨਾ ਕਿਉਂਕਿ ਮੁਰੰਮਤ ਕਰਕੇ ਬੰਦ ਆ ਅਤੇ ਪ੍ਰਕਰਮਾ ਹੀ ਹੋਣੀ ਆ ਮਾੜੀ ਜਿਹੀ ਕਰ ਲੈਂਦੇ ਹਾਂ ਅਤੇ ਸ਼ੀਸ਼ ਮਹਿਲ ਤਾਂ ਪਹਿਲਾਂ ਜਦੋਂ 3 ਸਾਲ ਪਹਿਲਾਂ ਆਇਆ ਉਦੋਂ ਮੁਰੰਮਤ ਕਰਕੇ ਬੰਦ ਸੀ ਹੁਣ ਮੁਰੰਮਤ ਵੀ ਚੱਲਣ ਡੀ ਆ ਅਤੇ ਪਲੱਸ ਨਾਲ ਕਰੋਨਾ ਕਰਕੇ ਸਾਰਾ ਹੀ ਬੰਦ ਆ ਹੁਣ ਤੁਸੀਂ ਬਾਹਰੋਂ ਵੀ ਨਹੀਂ ਵੇਖ ਸਕਦੇ ਇੱਥੋਂ ਵੇਖ ਸਕਦੇ ਬਸ ਆਹ ਗੇਟ 'ਤੇ ਅਤੇ ਹੁਣ ਵੇਖਦੇ ਹਾਂ ਸਾਡੀ ਬ੍ਰੇਕ ਅੰਬ ਬ੍ਰੇਕ ਹੁੰਦੀ ਆ ਨਾਖ ਬ੍ਰੇਕ ਹੁੰਦੀ ਆ ਕਿ ਅਮਰੂਦ ਬ੍ਰੇਕ ਹੁੰਦੀ ਆ ਕਿਉਂਕਿ 3 ਪ੍ਰਕਾਰ ਦੇ ਫਲ ਇੱਥੇ ਹੈਗੇ ਆ ਹੁਣ ਆਪਾਂ ਵੇਖ ਲੈਂਦੇ ਹਾਂ ਇਹ ਬਾਗ ਬੁੱਕ ਜਿਹਾ ਦੱਸ ਕੇ ਬੰਨੇ ਕਿਤੇ ਕਿੱਥੇ ਹੁਣ ਨਾਖਾਂਗੇ ਅੰਬ ਜੋ ਜੋ ਮਰਜ਼ੀ ਜੋ ਮਰਜ਼ੀ ਲੈ ਜੋ ਮਰਜ਼ੀ ਲੈ ਵਰਾਇਟੀ ਕਰਨੀ ਵਰਾਇਟੀ ਕਰ ਸਕਦੇ ਜੇ ਬੰਦੇ ਭੁੱਖੇ ਬੜੇ ਹੋ ਗਈ ਆ ਇੱਕ ਥਲੀ ਆ ਦੋ ਥਲੀ ਆ ਤਿੰਨ ਥਲੀਆਂ ਪਰ ਸਾਡੇ ਜਿਹੜੇ ਭਰਾਤਰੀ ਜਥੇਬੰਦੀਆਂ ਵਾ ਉਹਨਾਂ ਖਾਲੀ ਹੋ ਗਈ ਕਿਉਂਕਿ ਸਾਡੀਆਂ ਸਾਰੀਆਂ ਵੀ ਖਾਲੀ ਸਾਨੂੰ ਦੱਸਿਆ ਉਹਨਾਂ ਖਾਲੀ ਥਾਲੀਆਂ ਪੈਕ ਕਰਕੇ ਭਰਾਤਰੀ ਜਥੇਬੰਦੀ ਥਾਲੀ ਉਹ ਕਹਿੰਦਾ ਨਾਲ ਲਾਗੋ ਖਾਣਾ ਲਾਗੋ ਖਾਣਾ ਵੀ ਇਹ ਸਾਰੀਆਂ ਸਾਡੀ ਭਰਾਤਰੀ ਜਥੇਬੰਦੀਆਂ ਇਹ ਸਾਰੀਆਂ ਸਾਡੀਆਂ ਖਾਲੀ ਲੈਮੀਨੇਟ ਗਲਾਸ ਆ ਬਹੁਤ ਸਾਰੀ ਲੈਮੀਨੇਸ਼ਨ ਆਪਾਂ ਇੱਥੇ ਰੱਖੀ ਆ ਬਾਡੀ ਫੜੋ ਬੈਲਪਾ ਦਾਲ ਬਾਡੀ ਦਾਲ ਪਾ ਤੋਂ ਬਣਾ ਵੀਰੇ ਆਪਣਾ ਗੁਜ਼ਾਰਾ ਨਹੀਂ ਹੁੰਦਾ
ਸੋ ਰੋਟੀ ਸਾਡੀ ਹੋ ਗਈ ਆ ਅਤੇ ਹੁਣ ਆਈ ਆ ਅੰਗੂਰੀ ਰਸ ਮਲਾਈ। ਅੰਗੂਰੀ ਰਸ ਮਲਾਈ ਹੁਣ ਵੇਖਦੇ ਹਾਂ ਕਿੱਦਾਂ ਦੀ ਆ। ਅੰਗੂਰ ਵਰਗੀ ਹੈ ਜੀ। ਓਕੇ ਜੀ ਓਕੇ ਵਾਲੀ ਫੁੱਲ ਵੀ ਹੈਗੀ ਆ। ਉਹਦੇ ਨਾਲ ਥੋੜ੍ਹਾ ਜਿਹਾ ਡਿਫਰੈਂਸ ਆ ਹੈ ਨਾ, ਪਰ ਹੈ ਕਿੱਦਾਂ ਦਾ ਮੈਨੂੰ ਵੀ ਨਹੀਂ ਪਤਾ ਲੱਗਣਾ। ਫਿਸ਼ ਕਵਰ ਕਰ ਦਈਏ, ਫਸਾ ਸਮਾਪਤ ਕਰ ਦਈਏ। ਚੰਗਾ ਜੀ, ਸਾਡੀ ਵੀਡੀਓ ਹੀ ਥੋੜ੍ਹਾ ਬਹੁਤ ਤੁਹਾਨੂੰ ਖੜ ਲਿਆ ਵਾ, ਸੈਂਸਿਟਿਵ ਖੜ ਲਈ ਸੀ ਅਤੇ ਸੀਸ ਮੈਲ ਤੁਹਾਨੂੰ ਪਤਾ ਵਾ ਵੀ ਬੰਦ ਸੀ, ਅਤੇ ਹੁਣ ਵੀਡੀਓ ਇੱਥੇ ਸਮਾਪਤ ਕਰਦੇ ਹਾਂ। ਅਤੇ ਵੀਡੀਓ ਚੰਗੀ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ। ਮਿਲਦਾ ਤੁਹਾਨੂੰ ਹੋਰ ਕਿਸੇ ਨਵੀਂ ਵੀਡੀਓ ਨਾਲ। ਵੀਡੀਓ ਹੁਣ ਸਮਾਪਤ ਹੀ ਹੈ। ਅੱਛਾ ਜੀ, ਜਿਹੜੀ ਪਟਿਆਲਾ ਸਾਡੀ ਘੁੰਮਣ ਫਿਰਨ ਵਾਲੀ ਵੀਡੀਓ ਖਤਮ ਆ, ਪਹਿਲੀ ਤਾਂ ਪਹਿਲਾਂ ਵੀ ਪਾ ਦਿੰਦਾ। ਬਿਲਕੁਲ, ਸਾਰੇ ਘੁੰਮੋ ਫਿਰੋ, ਖੁਸ਼ ਰਹੋ। ਇਹ ਹਵੇਲੀ ਚੱਲਣ ਦੀ ਖੁੱਲ੍ਹੀ ਆ, ਕੋਈ ਇੱਥੇ ਕਰੋਨਾ ਹੈ ਨਹੀਂ, ਇਹਨੂੰ ਟੱਪ ਜਾਂਦਾ ਵਾ ਕਰੋਨਾ। ਵੱਡੀ ਗੱਲ ਇਹ ਆ, ਇੱਕੋ ਗੱਲ ਮੈਂ ਤਾਂ ਕਹਾਂਗਾ ਕਿ ਜਿੰਨੇ ਵੀ ਜਾਣਾ ਹੈ ਰੋਡ 'ਤੇ ਖਾਣਾ ਇੱਥੋਂ ਹੀ ਖਾਓ, ਕਿਉਂਕਿ ਸਭ ਤੋਂ ਸੇਫ ਔਰ ਸਭ ਤੋਂ ਵਧੀਆ ਔਰ ਪਚਣ ਵਾਲਾ ਖਾਣਾ ਜਿਹੜਾ ਇੱਥੋਂ ਪ੍ਰੋਵਾਈਡ ਹੁੰਦਾ। ਤੁਸੀਂ ਵਧੀਆ ਤਰੀਕੇ ਨਾਲ ਖਾ ਸਕਦੇ ਹੋ। ਕਿਆ ਕਿਆ ਕਿ ਬੰਦਾ ਜਿੰਨਾ ਮਰਜ਼ੀ ਘੁੰਮ ਫਿਰ ਆਵੇ, ਘਰ ਉਹਨੇ ਜਾਣਾ, ਇਸ ਲਈ ਘਰ ਕੁਝ ਨਾ ਕੁਝ ਲੈ ਕੇ ਜਾਵੇ, ਖਾਲੀ ਹੱਥ ਨਾ ਜਾਵੇ, ਕੁਝ ਪੈਕ ਕਰਾ ਕੇ ਲੈ ਕੇ ਜਾਓ, ਲੜਾਈਆਂ ਖਤਮ ਹੋ ਜਾਂਦੀਆਂ। ਜਿਹੜੀ ਨੇ ਫੀਡ ਦੀ ਗੱਲ ਕੀਤੀ ਹੈ ਨਾ, ਪਰ ਨਾ ਇਹਨੇ ਮੈਨੂੰ ਕੀਲ ਕੇ ਰੱਖਤਾ। ਠੀਕ ਆ ਜੀ, ਹੁਣ ਓਕੇ ਬਾਈ ਠਾਪਾ। ਤੁਸੀਂ ਇੱਥੇ ਗੇਮ ਅਤੇ ਜੁੱਤੀਆਂ ਖਾ ਨਹੀਂ ਸਕਦੇ, ਜੁੱਤੀਆਂ ਲੈ ਸਕਦੇ ਜੀ? ਓਏ, ਮੈਂ ਕਿਹਾ ਜੁੱਤੀਆਂ, ਕਹਿੰਦਾ ਖਾ ਸਕਦੇ ਜੀ। ਮੈਂ ਜੁੱਤੀਆਂ ਜੁੱਤੀਆਂ ਲੈ ਸਕਦੇ ਜੀ? ਵੇਖੋ ਅਧਿਆਪਕ ਟਕਰਾ ਗਏ ਆ ਪ੍ਰਾਤਰੀ ਜਥੇਬੰਦੀਆਂ। ਆਹ ਜਿਹੜੀਆਂ ਆਹ ਦੀਵਾਰ, ਇਹਨੂੰ ਫੋਟੋ ਬਹੁਤ ਸੋਹਣੀ ਵਧੀਆ ਆਕਸੀਜਨ ਦੇਣ ਦੀ ਆ, ਫੋਟੋ ਇੱਥੇ ਇੱਕ ਖਿੱਚ ਲੈਣੀ ਚਾਹੀਦੀ ਆ। ਚੰਗਾ, ਵੀਡੀਓ ਖਤਮ ਕਰੀਏ, ਇੱਥੇ ਫੋਟੋ ਇੱਕ ਲੈ ਲਈਏ, ਸ਼ਾਇਦ ਉੱਥੇ ਲੈ ਲੈਣੀ ਆ। ਸਾਰੇ ਵੇਖੋ,